YouTube ਚੈਨਲ Shocho Classes ਵਿੱਚ ਤੁਹਾਡਾ ਸਵਾਗਤ ਹੈ। ਅੱਜ ਅਸੀਂ ਆਪਣੇ ਇਸ ਵੀਡੀਓ ਵਿੱਚ BA 4th ਸੈਮੈਸਟਰ ਦੇ ਪੋਲਿਟੀਕਲ ਸਾਇੰਸ ਦੇ ਮੋਸਟ ਇੰਪੋਰਟੈਂਟ ਕੁਐਸ਼ਨਸ ਡਿਸਕਸ ਕਰਨ ਜਾ ਰਹੇ ਹਾਂ। ਇਸ ਤੋਂ ਪਹਿਲਾਂ ਇਸ ਦਾ ਵੀਡੀਓ ਇੰਗਲਿਸ਼ ਮੀਡੀਅਮ ਦੇ ਵਿੱਚ ਅਪਲੋਡ ਕਰ ਦਿੱਤਾ ਗਿਆ ਸੀ। ਜੋ ਸਟੂਡੈਂਟਸ ਇੰਗਲਿਸ਼ ਮੀਡੀਅਮ ਦੇ ਹਨ ਉੱਥੋਂ ਆਪਣੀ ਤਿਆਰੀ ਕਰ ਸਕਦੇ ਹਨ। ਇਹ ਕੁਐਸ਼ਨਸ ਤੁਹਾਡੇ ਸਿਲੇਬਸ ਦੇ ਅਕੋਰਡਿੰਗ ਤਿਆਰ ਕੀਤੇ ਗਏ ਹਨ। ਇਸ ਤੋਂ ਇਲਾਵਾ ਬਾਕੀ ਸਾਰੇ ਸਬਜੈਕਟਸ ਦੇ ਵੀ ਮੋਸਟ ਇੰਪੋਰਟੈਂਟ ਕੁਐਸਚਨਸ ਤੁਹਾਨੂੰ ਇੱਥੇ ਹੀ ਮਿਲ ਜਾਣਗੇ ਇੰਗਲਿਸ਼ ਮੀਡੀਅਮ ਤੇ ਪੰਜਾਬੀ ਮੀਡੀਅਮ ਦੇ ਵਿੱਚ ਇਹ ਅਪਲੋਡ ਕਿਤੇ ਜਾ ਰਹੇ ਹਨ ਸਭ ਤੋਂ ਪਹਿਲਾ ਹੈ ਜਿਵੇਂ ਕਿ ਤੁਹਾਡੇ ਪੇਪਰ ਦੇ ਵਿੱਚ ਆਉਣੇ ਹਨ ਸ਼ਾਰਟ ਕੁਐਸਚਨਸ ਉਹ ਇਸ ਤਰ੍ਹਾਂ ਭਾਰਤ ਵਿੱਚ ਬਹੁ ਪਾਰਟੀ ਪ੍ਰਣਾਲੀ ਦੀ ਸਮੱਸਿਆ ਕੀ ਹੈ ਭਾਰਤ ਵਿੱਚ ਵਿਰੋਧੀ ਧਿਰ ਦੇ ਬਹੁ ਪਾਰਟੀ ਚਰਿੱਤਰ ਤੋਂ ਤੁਸੀਂ ਕੀ ਸਮਝਦੇ ਹੋ ਭਾਰਤ ਵਿੱਚ ਰਾਜਨੀਤਿਕ ਪਾਰਟੀਆਂ ਵਿੱਚ ਸਖਸ਼ੀਅਤਪਨ ਦੀ ਸਮੱਸਿਆ ਕੀ ਹੈ ਚੋਣ ਗੱਟ ਜੋੜ ਤੋਂ ਤੁਹਾਡਾ ਕੀ ਭਾਵ ਹੈ ਭਾਰਤ ਵਿੱਚ ਰਾਸ਼ਟਰੀ ਰਾਜਨੀਤਿਕ ਪਾਰਟੀਆਂ ਦੇ ਨਾਮ ਲਿਖੋ ਕਿਸੇ ਵੀ ਚਾਰ ਮਾਨਤਾ ਪ੍ਰਾਪਤ ਰਾਜਨੀਤਿਕ ਪਾਰਟੀਆਂ ਦੇ ਨਾਮ ਦੱਸੋ ਲੋਕਪ੍ਰਿਆ ਨਾਰੇ ਭਾਰਤ ਵਿੱਚ ਲੋਕਾਂ ਦੇ VOTING ਵਿਵਹਾਰ ਨੂੰ ਕਿਵੇਂ ਪ੍ਰਭਾਵਿਤ ਕਰਦੇ ਹਨ ਭਾਰਤੀ ਜਨਤਾ ਪਾਰਟੀ ਦੀਆਂ ਆਰਥਿਕ ਨੀਤੀਆਂ ਦੱਸੋ ਭਾਰਤ ਵਿੱਚ ਪਾਰਟੀ ਪ੍ਰਣਾਲੀ ਦੀਆਂ ਕੋਈ ਚਾਰ ਕਮੀਆਂ ਕਮਜ਼ੋਰੀਆਂ ਦੱਸੋ ਭਾਜਪਾ ਸਮਾਜ ਕੀ ਹੈ ਭਾਜਪਾ ਸਮਾਜ ਪਾਰਟੀ ਦਾ ਮੋਢੀ ਕੌਣ ਹੈ ਭਾਰਤੀ ਰਾਜਨੀਤੀ ਤੇ ਖੇਤਰੀ ਸਿਆਸੀ ਪਾਰਟੀਆਂ ਦੇ ਕੋਈ ਚਾਰ ਪ੍ਰਭਾਵ ਦੱਸੋ ਚੋਣ ਕਮਿਸ਼ਨ ਦੇ ਕੋਈ 4 ਕੰਮ ਦੱਸੋ। ਭਾਰਤ ਵਿੱਚ ਰਾਸ਼ਟਰੀ ਰਾਜਨੀਤਿਕ ਪਾਰਟੀਆਂ ਦੇ ਨਾਮ ਲਿਖੋ। ਭਾਰਤ ਵਿੱਚ ਕਿਸੇ ਵੀ 4 ਵਿਦਿਆਰਥੀ ਯੂਨੀਅਨਾਂ ਦੇ ਯੂਨੀਅਨਾਂ ਦੇ ਨਾਮ ਲਿਖੋ। ਹੰਗ ਪਾਰਲੀਮੈਂਟ ਤੋਂ ਤੁਹਾਡਾ ਕੀ ਭਾਵ ਹੈ? ਭਾਰਤ ਦੀ ਵਿਦੇਸ਼ੀ ਨੀਤੀ ਦੇ 4 ਮੁੱਖ ਨਿਰਣਾਇਕ ਕਾਰਕਾਂ ਦੀ ਵਿਆਖਿਆ ਕਰੋ। ਪੰਜ ਸ਼ੀਲ ਤੋਂ ਤੁਹਾਡਾ ਕੀ ਭਾਵ ਹੈ? ਨੈਮ, ਸਾਰਕ, ਆਈਐਮਐਫ, ਡਬਲਯੂਬੀ ਦੇ ਵਿਸਤ੍ਰਿਤ ਰੂਪ ਦੱਸੋ। ਭਾਰਤ ਵਿੱਚ ਚੋਣ ਸੁਧਾਰਾਂ ਲਈ ਕੋਈ 4 ਸੁਝਾਅ ਦਿਓ। ਰਾਖਵੇਂ ਕਰਨ ਵਿਰੁੱਧ ਚਾਰ ਦਲੀਲਾਂ ਦਿਓ। ਭਾਰਤ ਦੀ ਗੁੱਟਨਰਲੇਪਤਾ ਦੀ ਨੀਤੀ ਦਾ ਸੁਭਾਅ ਜਾਂ ਨੇਚਰ ਇਸ ਦੀ ਕੀ ਹੈ? ਭਾਰਤੀ ਰਾਜਨੀਤੀ ਤੇ ਖੇਤਰਵਾਦ ਦੇ ਚਾਰ ਪ੍ਰਭਾਵਾਂ ਨੂੰ ਲਿਖੋ। ਸ਼੍ਰੋਮਣੀ ਅਕਾਲੀ ਦਲ ਦਾ ਮੌਜੂਦਾ ਪ੍ਰਧਾਨ ਕੌਣ ਹੈ ਅਤੇ ਪਾਰਟੀ ਦਾ ਚੋਣ ਨਿਸ਼ਾਨ ਕੀ ਹੈ? ਭਾਰਤ ਵਿੱਚ ਚੋਣ ਪ੍ਰਣਾਲੀ ਵਿੱਚ ਕੋਈ ਦੋ ਕਮੀਆਂ ਦੱਸੋ। ਭਾਰਤ ਧਰਮ ਭਾਰਤ ਵਿੱਚ VOTING ਵਿਵਹਾਰ ਨੂੰ ਕਿਵੇਂ ਪ੍ਰਭਾਵਿਤ ਕਰਦੇ ਹਨ ਇਸ ਬਾਰੇ ਦੱਸੋ। ਲੋਬਿੰਗ ਤੋਂ ਕੀ ਅਰਥ ਹੈ? ਭਾਰਤ ਵਿੱਚ ਕਿਸੇ ਵੀ ਚਾਰ ਵਿਦਿਆਰਥੀਆਂ ਦੇ ਦਬਾਅ ਸਮੂਹਾਂ ਦੇ ਨਾਮ ਦੱਸੋ ਵਿਚਾਰਧਾਰਾ ਦੇ ਪਤਨ ਤੋਂ ਤੁਹਾਡਾ ਕੀ ਭਾਵ ਹੈ ਫਿਰਕਾ ਪ੍ਰਸਥਿਤ ਤੋਂ ਤੁਹਾਡਾ ਕੀ ਭਾਵ ਹੈ ਭਾਰਤ ਵਿੱਚ ਖੇਤਰਵਾਦ ਦੇ ਵਾਧੇ ਲਈ ਜ਼ਿੰਮੇਵਾਰ ਕੋਈ ਵੀ ਦੋ ਕਾਰਕ ਲਿਖੋ ਭਾਰਤ ਦੀ ਗੁੱਟ ਨਰਲੇਪਤਾ ਦੀ ਨੀਤੀ ਕੀ ਹੈ ਨੈਕਸਟ ਹੈ ਭਾਰਤ ਦੀ ਪਰਮਾਣੂ ਨੀਤੀ ਕੀ ਹੈ ਭਾਰਤ ਵਿੱਚ ਕਿਸੇ ਵੀ ਚਾਰ ਟ੍ਰੇਡ ਯੂਨੀਅਨਾਂ ਦੇ ਨਾਮ ਦੱਸੋ ਭਾਰਤ ਵਿੱਚ ਦਬਾਅ ਸਮੂਹ ਲੋਕ رائے ਨੂੰ ਆਪਣੇ ਪੱਖ ਵਿੱਚ ਲਾਮਬੱਧ ਕਰਨ ਲਈ ਕੀ ਕਰਦੇ ਹਨ ਦਲ ਬਦਲੀ ਤੋਂ ਤੁਹਾਡਾ ਕੀ ਭਾਵ ਹੈ ਫਿਰਕਾ ਪ੍ਰਸਤੀ ਦੇ ਪ੍ਰਭਾਵ ਨੂੰ ਘਟ ਕਰਨ ਲਈ ਕੋਈ ਚਾਰ ਸੁਝਾਓ ਖੇਤਰਵਾਦ ਦੇ ਵੱਖ-ਵੱਖ ਰੂਪ ਕੀ ਹਨ ਭਾਰਤ ਦੀ ਨਿਰਲੇਪਤਾ ਨੀਤੀ ਕੀ ਹੈ ਪੰਚਸ਼ੀਲ ਦੇ ਸਿਧਾਂਤ ਕਿਹੜੇ ਹਨ ਫੌਜੀ ਗੱਠ ਜੋੜ ਪ੍ਰਤੀ ਭਾਰਤ ਦਾ ਰਵੱਈਆ ਕੀ ਹੈ ਨੈਮ ਅਤੇ ਸਾਰਖ ਦੇ ਵਿਸਤ੍ਰਿਤ ਰੂਪ ਦੱਸੋ ਭਾਰਤੀ ਜਨਤਾ ਪਾਰਟੀ ਦਾ ਸਮਾਜਿਕ ਆਧਾਰ ਅਤੇ ਵਿਚਾਰਧਾਰਾ ਕੀ ਹੈ ਬਸਪਾ ਦਾ ਪ੍ਰਧਾਨ ਕੌਣ ਹੈ ਇਸ ਦਾ ਚੋਣ ਨਿਸ਼ਾਨ ਕੀ ਹੈ ਕਿਸੇ ਵੀ ਦੋ ਕਾਸਟ ਆਧਾਰਿਤ ਦਬਾਅ ਸਮੂਹਾਂ ਦੇ ਨਾਮ ਦੱਸੋ ਭਾਰਤੀ ਚੋਣ ਪ੍ਰਣਾਲੀ ਦੇ ਕੋਈ 4 ਨੁਕਸ ਜਾਂ ਕਮੀਆਂ ਦੱਸੋ। ਚੋਣ ਕਮਿਸ਼ਨ ਬਹੁ ਮੈਂਬਰ ਕਦੋਂ ਬਣਿਆ? ਭਾਰਤ ਦੀਆਂ ਕਿਸੇ ਦੋ ਖੇਤਰੀ ਸਿਆਸੀ ਪਾਰਟੀਆਂ ਦੇ ਨਾਂ ਦੱਸੋ। ਭਾਰਤ ਵਿੱਚ ਵੱਖ-ਵੱਖ ਸਿਆਸੀ ਪਾਰਟੀਆਂ ਨੂੰ ਚੋਣ ਨਿਸ਼ਾਨ ਕਿਸ ਨੇ ਦਿੱਤੇ? ਚੋਣਾ ਵਿੱਚ ਇਹ ਚੋਣ ਨਿਸ਼ਾਨਾਂ ਦੀ ਕੀ ਮਹੱਤਤਾ ਹੈ? ਏ ਆਈ ਏ ਡੀ ਐਮ ਕੇ ਦੀ ਵਿਚਾਰਧਾਰਾ ਕੀ ਹੈ? ਅਤੀਤ ਵਿੱਚ ਇਸ ਪਾਰਟੀ ਦੇ ਕਿਸੇ ਪ੍ਰਮੁੱਖ ਨੇਤਾ ਦਾ ਨਾਮ ਦੱਸੋ। ਭਾਰਤੀ ਰਾਜਨੀਤੀ ਤੇ ਧਰਮ ਆਪਣਾ ਪਰਛਾਵਾਂ ਕਿਵੇਂ ਪਾਉਂਦਾ ਹੈ? ਭਾਰਤ ਵਿੱਚ ਰਾਜਨੀਤੀ ਕਿਸ ਤਰ੍ਹਾਂ ਕਾਸਟ ਜਾਤ ਨੂੰ ਅਨੁਕੂਲਿਤ ਕਰਦੀ ਹੈ ਨਾਨ ਅਲਾਈਨਮੈਂਟ ਅੰਦੋਲਨ ਨੈਮ ਕਦੋਂ ਬਣਾਈ ਗਈ ਸੀ ਸੰਸਥਾਪਕ ਮੈਂਬਰਾਂ ਦੇ ਨਾਮ ਦੱਸੋ ਇਸ ਸਮੇਂ ਨੈਮ ਦੇ ਕਿੰਨੇ ਦੇਸ਼ ਮੈਂਬਰ ਹਨ ਭਾਰਤੀ ਰਾਜਨੀਤੀ ਵਿੱਚ ਖੇਤਰੀ ਪਾਰਟੀਆਂ ਅਤੇ ਗੱਠਜੋੜ ਯੁੱਗ ਦੀ ਭੂਮਿਕਾ ਦਾ ਵਰਣਨ ਕਰੋ ਆਈ ਐਨ ਸੀ ਦੀ ਵਿਚਾਰਧਾਰਾ ਅਤੇ ਪ੍ਰੋਗਰਾਮ ਕੀ ਹੈ ਰਾਜਨੀਤਿਕ ਪਾਰਟੀਆਂ ਅਤੇ ਦਬਾਅ ਸਮੂਹਾਂ ਵਿੱਚ ਕੋਈ ਦੋ ਅੰਤਰ ਲਿਖੋ ਚਾਰ ਕੌਮੀ ਸਿਆਸੀ ਪਾਰਟੀਆਂ ਦੇ ਨਾਮ ਦੱਸੋ ਸੀਪੀਆਈ ਦਾ ਸਮਾਜਿਕ ਆਧਾਰ ਕੀ ਹੈ? ਰਾਜਨੀਤਿਕ ਪਾਰਟੀਆਂ ਅਤੇ ਦਬਾਅ ਸਮੂਹਾਂ ਵਿੱਚ ਦੋ ਅੰਤਰ ਦੱਸੋ। ਬਸਪਾ ਦਾ ਪ੍ਰਧਾਨ ਕੌਣ ਹੈ? ਇਸ ਦਾ ਚੋਣ ਨਿਸ਼ਾਨ ਕੀ ਹੈ? ਮੁੱਖ ਚੋਣ ਕਮਿਸ਼ਨ ਦਾ ਨਾਮ ਦੱਸੋ। ਦੋ ਵਿਦਿਆਰਥੀ ਦਬਾਅ ਸਮੂਹਾਂ ਦੇ ਨਾਮ ਦੱਸੋ। ਖੇਤਰਵਾਦ ਕੀ ਹੈ? ਭਾਰਤੀ ਚੋਣ ਪ੍ਰਣਾਲੀ ਦੇ 4 ਨੁਕਤੇ ਦੱਸੋ। ਭਾਰਤ ਵਿੱਚ ਧਰਮ ਨੇ ਰਾਜਨੀਤੀ ਨੂੰ ਕਿਵੇਂ ਪ੍ਰਭਾਵਿਤ ਕੀਤਾ ਹੈ? ਹੰਗ ਪਾਰਲੀਮੈਂਟ ਕੀ ਹੈ? ਐਨਡੀਏ ਦਾ ਕੀ ਪਾਵ ਹੈ? ਭਾਰਤੀ ਰਾਜਨੀਤੀ ਵਿੱਚ ਚਾਰ ਉੱਭਰ ਰਹੇ ਰੁਝਾਨਾਂ ਦਾ ਜ਼ਿਕਰ ਕਰੋ। ਭਾਰਤੀ ਫੌਜੀ ਗੱਠ ਜੋੜ ਦਾ ਕਿਉਂ ਵਿਰੋਧ ਕਰ ਰਿਹਾ ਹੈ ਭਾਰਤ ਨੇ ਨੈਮ ਨੂੰ ਕਿਉਂ ਅਪਣਾਇਆ ਐਂਡ ਨੈਕਸਟ ਭਾਰਤ ਲਈ ਨੈਮ ਦੀ ਨੀਤੀ ਦੇ ਕੀ ਫਾਇਦੇ ਹਨ ਨੈਕਸਟ ਭਾਰਤ ਵਿੱਚ ਸਿਆਸੀ ਪਾਰਟੀਆਂ ਲਈ ਲੀਡਰਸ਼ਿਪ ਦਾ ਸੰਕਟ ਕੀ ਹੈ ਭਾਰਤ ਵਿੱਚ ਦਬਾਓ ਸਮੂਹ ਲੋਕਰਾਈ ਨੂੰ ਆਪਣੇ ਹੱਕ ਵਿੱਚ ਲਾਮਬੰਦ ਕਰਨ ਲਈ ਕੀ ਕਰਦੇ ਹਨ ਐਂਡ ਨੈਕਸਟ ਆ ਪਵਿੱਤਰ ਅਤੇ ਗੈਰ ਸਿਧਾਂਤਕ ਗੱਠ ਜੋੜ ਤੋਂ ਤੁਹਾਡਾ ਕੀ ਭਾਵ ਹੈ ਵੋਟ ਬੈਂਕ ਦੀ ਰਾਜਨੀਤੀ ਤੋਂ ਤੁਹਾਡਾ ਕੀ ਭਾਵ ਹੈ ਭਾਰਤ ਵਿੱਚ ਧਰਮ ਅਤੇ ਚੋਣਾਂ ਵਿੱਚ ਕੀ ਸੰਬੰਧ ਹੈ ਸਟੂਡੈਂਟਸ 에ਸੀ ਸ਼ਾਰਟ ਕੁਐਸ਼ਨਸ ਇਸ ਤੋਂ ਬਾਅਦ ਹੈ ਲੌਂਗ ਕੁਐਸ਼ਨਸ ਇਸ ਤਰ੍ਹਾਂ ਹਰ ਇੱਕ ਯੂਨਿਟ ਦੇ ਵਿੱਚੋਂ ਦੋ ਲੌਂਗ ਕੁਐਸ਼ਨਸ ਤੁਹਾਨੂੰ ਆਣੇ ਹਨ ਜਿਸ ਦੇ ਵਿੱਚੋਂ ਕਿਸੇ ਇੱਕ ਦਾ ਤੁਸੀਂ ਆਨਸਰ ਦੇਣਾ ਹੈ ਸ਼ਾਰਟ ਕੁਐਸ਼ਨ 15 ਪੁੱਛੇ ਜਾਣੇ ਜਿਸ ਦੇ ਵਿੱਚੋਂ ਨਾਈਂ ਦਾ ਤੁਸੀਂ ਆਨਸਰ ਦੇਣਾ ਹੋਏਗਾ ਯੂਨਿਟ 1 ਹਾਂਜੀ ਸਟੂਡੈਂਟਸ ਇਸ ਤੋਂ ਇਲਾਵਾ ਬਾਕੀ ਸਾਰੇ ਸਬਜੈਕਟਸ ਦੇ ਮੋਸਟ ਇੰਪੋਰਟੈਂਟ ਕੁਐਸ਼ਨਸ ਤੁਹਾਨੂੰ ਇੱਥੋਂ ਹੀ ਮਿਲ ਜਾਣਗੇ ਤੁਸੀਂ ਪਿਛਲੇ ਵੀਡੀਓਜ਼ ਵੀ ਦੇਖ ਸਕਦੇ ਹੋ ਉਸ ਦੇ ਵਿੱਚੋਂ ਅਪਡੇਟ ਕਰਕੇ ਹੁਣ ਵੀ ਪਾਈ ਜਾ ਰਹੇ ਹਨ ਬਾਕੀ ਤੁਸੀਂ ਪੰਜਾਬੀ ਸ਼ਿਸ਼ਾ ਲੋਜੀ ਦੇ ਪੂਰੇ ਸਿਲੇਬਸ ਦੇ ਵੀਡੀਓ ਵੀ ਇੱਥੋਂ ਦੇਖ ਸਕਦੇ ਹੋ। ਹਾਂਜੀ ਨੈਕਸਟ ਹੈ ਭਾਰਤੀ ਪਾਰਟੀ ਪ੍ਰਣਾਲੀ ਦੇ ਸੁਭਾਅ ਦੀ ਗੰਭੀਰਤਾ ਨਾਲ ਵਿਆਖਿਆ ਕਰੋ। ਭਾਰਤ ਵਿੱਚ ਪਾਰਟੀ ਪ੍ਰਣਾਲੀ ਦੀਆਂ ਮੁੱਖ ਸਮੱਸਿਆਵਾਂ ਅਤੇ ਉਸਦੇ ਨੁਕਸ ਦੱਸੋ। ਭਾਰਤ ਦੀ ਪਾਰਟੀ ਪ੍ਰਣਾਲੀ ਦੇ ਬਦਲਦੇ ਸੁਭਾਅ ਦਾ ਮੁਲਾਂਕਣ ਕਰੋ। ਭਾਰਤ ਵਿੱਚ ਪਾਰਟੀ ਪ੍ਰਣਾਲੀ ਦੀਆਂ ਵਿਸ਼ੇਸ਼ਤਾਵਾਂ ਲਿਖੋ। ਇੰਡੀਅਨ ਨੈਸ਼ਨਲ ਕਾਂਗਰਸ ਦੇ ਸਮਾਜਿਕ ਅਤੇ ਵਿਚਾਰਧਾਰਿਕ ਆਧਾਰ ਦੀ ਵਿਆਖਿਆ ਕਰੋ। ਕਾਂਗਰਸ ਦੀਆਂ ਨੀਤੀਆਂ ਅਤੇ ਪ੍ਰੋਗਰਾਮ ਦਾ ਆਲੋਚਨਾਤਮਕ ਮੁਲਾਂਕਣ ਕਰੋ। ਐਂਡ ਨੈਕਸਟ ਭਾਰਤੀ ਰਾਸ਼ਟਰੀ ਕਾਂਗਰਸ ਦੇ ਵਿਚਾਰਧਾਰਾ ਅਤੇ ਪ੍ਰੋਗਰਾਮਾਂ ਦੀ ਚਰਚਾ ਕਰੋ ਐਂਡ ਦੈਨ ਸ਼੍ਰੋਮਣੀ ਅਕਾਲੀ ਦਲ ਦੀਆਂ ਨੀਤੀਆਂ ਪ੍ਰੋਗਰਾਮ ਅਤੇ ਕਾਰਗੁਜ਼ਾਰੀ ਦਾ ਆਲੋਚਨਾਤਮਕ ਮੁਲਾਂਕਣ ਕਰੋ ਐਂਡ ਨੈਕਸਟ ਭਾਰਤੀ ਜਨਤਾ ਪਾਰਟੀ ਦੀ ਵਿਚਾਰਧਾਰਾ ਨੀਤੀਆਂ ਅਤੇ ਪ੍ਰੋਗਰਾਮ ਦਾ ਮੁਲਾਂਕਣ ਕਰੋ ਭਾਰਤੀ ਕਮਿਊਨਿਸਟ ਪਾਰਟੀ ਦੀ ਵਿਚਾਰਧਾਰਾ ਅਤੇ ਸਮਾਜਿਕ ਆਧਾਰ ਬਾਰੇ ਚਰਚਾ ਕਰੋ ਭਾਜਪਾ ਦੇ ਵਿਚਾਰਧਾਰਾ ਸਮਰਥਨ ਆਧਾਰ ਅਤੇ ਸਿਆਸੀ ਕਾਰਗੁਜ਼ਾਰੀ ਬਾਰੇ ਚਰਚਾ ਕਰੋ ਭਾਜਪਾ ਦੀਆਂ ਨੀਤੀਆਂ ਪ੍ਰੋਗਰਾਮ ਅਤੇ ਪ੍ਰਾਪਤੀਆਂ ਬਾਰੇ ਚਰਚਾ ਕਰੋ ਇਥੇ ਕੀ ਦਿੱਤੀ ਲਿਖਿਆ ਕਰੋ ਆਏਗਾ ਐਂਡ ਨੈਕਸਟ ਹੈ ਕਾਂਗਰਸ ਦੇ ਵਿਚਾਰਧਾਰਾ ਸਮਾਜਿਕ ਆਧਾਰ ਨੀਤੀਆਂ ਅਤੇ ਪ੍ਰੋਗਰਾਮ ਦਾ ਆਲੋਚਨਾਤਮਕ ਮੁਲਾਂਕਣ ਕਰੋ ਯੂਨਿਟ 2 ਦੇ ਕੁਐਸਚਨਸ ਇਸ ਤਰ੍ਹਾਂ ਹਨ ਚੋਣ ਕਮਿਸ਼ਨ ਦੀ ਪ੍ਰਕਿਰਿਆ ਅਤੇ ਭੂਮਿਕਾ ਬਾਰੇ ਚਰਚਾ ਕਰੋ ਐਂਡ ਨੈਕਸਟ ਹੈ ਭਾਰਤ ਦੀ ਚੋਣ ਪ੍ਰਣਾਲੀ ਦੀਆਂ ਕਮਜ਼ੋਰੀਆਂ ਕੀ ਹਨ ਇਹਨਾਂ ਨੂੰ ਹਟਾਉਣ ਲਈ ਸੁਝਾ ਦਿਓ ਦਬਾਊ ਸਮੂਹਾਂ ਨੂੰ ਪਰਿਭਾਸ਼ਿਤ ਕਰੋ ਭਾਰਤ ਵਿੱਚ ਵੱਖ-ਵੱਖ ਦਬਾਊ ਸਮੂਹਾਂ ਦਾ ਵਰਗੀਕਰਨ ਕਰੋ ਭਾਰਤ ਜਾਂ ਭਾਰਤੀ ਰਾਜਨੀਤੀ ਵਿੱਚ ਦਬਾਊ ਸਮੂਹਾਂ ਦੀ ਭੂਮਿਕਾ ਬਾਰੇ ਚਰਚਾ ਕਰੋ ਐਂਡ ਨੈਕਸਟ ਹੈ ਭਾਰਤ ਵਿੱਚ ਚੋਣ ਕਮਿਸ਼ਨ ਦੀ ਰਚਨਾ ਸ਼ਕਤੀਆਂ ਅਤੇ ਸਥਿਤੀ ਬਾਰੇ ਚਰਚਾ ਕਰੋ ਐਂਡ ਦੈਨ ਦਬਾਊ ਸਮੂਹ ਭਾਰਤ ਦੁਆਰਾ ਅਪਣਾਈ ਗਈ ਤਰੀਕਿਆਂ ਦੀ ਵਿਆਖਿਆ ਕਰੋ ਭਾਰਤੀ ਚੋਣ ਪ੍ਰਣਾਲੀ ਦੇ ਕੀ ਨੁਕਸਾਨ ਉਹਨਾਂ ਨੂੰ ਕਿਵੇਂ ਦੂਰ ਕੀਤਾ ਜਾ ਸਕਦਾ ਹੈ ਐਂਡ ਨੈਕਸਟ ਹੈ ਭਾਰਤ ਵਿੱਚ ਦਬਾਊ ਸਮੂਹਾਂ ਦੇ ਸੁਭਾਅ ਅਤੇ ਕਾਰਜਾਂ ਬਾਰੇ ਚਰਚਾ ਕਰੋ ਭਾਰਤ ਵਿੱਚ ਦਬਾਊ ਸਮੂਹਾਂ ਦੁਆਰਾ ਅਪਣਾਏ ਗਏ ਰੋਲ ਅਤੇ ਤਰੀਕਿਆਂ ਦੀ ਵਿਆਖਿਆ ਕਰੋ ਭਾਰਤ ਵਿੱਚ ਦਬਾਊ ਸਮੂਹਾਂ ਦੀ ਭੂਮਿਕਾ ਦਾ ਆਲੋਚਨਾਤਮਕ ਮੁਲਾਂਕਣ ਕਰੋ ਐ ਨੈਕਸਟ ਹੈ VOTING ਵਿਭਾਰ ਤੋਂ ਤੁਹਾਡਾ ਕੀ ਮਤਲਬ ਹੈ ਭਾਰਤ ਵਿੱਚ VOTING ਵਿਭਾਰ ਨੂੰ ਪ੍ਰਭਾਵਿਤ ਕਰਨ ਵਾਲੇ ਕਾਰਕਾਂ ਦੀ ਚਰਚਾ ਕਰੋ ਭਾਰਤ ਵਿੱਚ VOTING ਵਿਭਾਰ ਦੇ ਨਿਰਧਾਰਕ ਕੀ ਹਨ ਐ ਨੈਕਸਟ ਭਾਰਤ ਵਿੱਚ ਚੋਣ ਕਮਿਸ਼ਨ ਦੀ ਰਚਨਾਵਾ ਸ਼ਕਤੀਆਂ ਅਤੇ ਸਥਿਤੀ ਦਾ ਵਰਣਨ ਕਰੋ ਨੈਕਸਟ ਹੈ ਯੂਨਿਟ 3 ਜਿਸ ਦੇ ਵਿੱਚ ਹੈ ਭਾਰਤੀ ਰਾਜਨੀਤੀ ਵਿੱਚ ਉੱਭਰ ਰਹੇ ਰੁਝਾਨ ਜਿਸ ਦੇ trends ਕਿਹੜੇ ਹਨ ਇਸ ਬਾਰੇ ਲਿਖੋ ਧਰਮ ਭਾਰਤੀ ਦੀ ਰਾਜਨੀਤੀ ਨੂੰ ਕਿਵੇਂ ਪ੍ਰਭਾਵਿਤ ਕਰਦਾ ਹੈ ਭਾਰਤੀ ਰਾਜਨੀਤੀ ਤੇ ਧਰਮ ਦੇ ਪ੍ਰਭਾਵ ਨੂੰ ਘਟ ਕਰਨ ਦੀ ਸੁਝਾ ਦਿਓ ਐਂਡ ਨੈਕਸਟ ਹੈ ਭਾਰਤੀ ਰਾਜਨੀਤੀ ਤੇ ਜਾਤ ਦਾ ਕੀ ਪ੍ਰਭਾਵ ਪਿਆ ਹੈ ਭਾਰਤ ਵਿੱਚ ਧਰਮ ਅਤੇ ਰਾਜਨੀਤੀ ਦੇ ਸਬੰਧਾਂ ਨੂੰ ਲਿਖੋ ਜਾਤ ਤੋਂ ਤੁਹਾਡਾ ਕੀ ਭਾਵ ਹੈ ਭਾਰਤੀ ਰਾਜਨੀਤੀ ਤੇ ਜਾਤ ਪਾਤ ਦਾ ਪ੍ਰਭਾਵ ਕੀ ਹੈ ਇਸ ਬਾਰੇ ਦੱਸੋ ਕਾਸਟ ਜਾਂ ਜਾਤ ਤੋਂ ਤੁਹਾਡਾ ਕੀ ਭਾਵ ਹੈ ਭਾਰਤ ਵਿੱਚ ਕਾਸਟ ਜਾਤ ਦਾ ਸਿਆਸੀਕਰਨ ਕੀਤਾ ਗਿਆ ਹੈ ਟਿੱਪਣੀ ਕਰੋ ਭਾਰਤ ਵਿੱਚ ਜਾਤ ਅਤੇ ਰਾਜਨੀਤੀ ਦੇ ਆਪਸੀ ਤਾਲਮੇਲ ਨੂੰ ਲਿਖੋ ਖੇਤਰਵਾਦ ਤੋਂ ਤੁਹਾਡਾ ਕੀ ਭਾਵ ਹੈ ਭਾਰਤੀ ਰਾਜਨੀਤੀ ਤੇ ਖੇਤਰਵਾਦ ਦੇ ਪ੍ਰਭਾਵ ਦਾ ਵਰਣਨ ਕਰੋ ਭਾਰਤ ਵਿੱਚ ਖੇਤਰਵਾਦ ਦੇ ਕਾਰਨ ਅਤੇ ਨਤੀਜੇ ਲਿਖੋ ਭਾਰਤ ਵਿੱਚ ਖੇਤਰੀ ਪਾਰਟੀਆਂ ਦੀ ਵੱਧ ਰਹੀ ਮਹੱਤਤਾ ਦੇ ਕਾਰਨ ਅਤੇ ਨਤੀਜੇ ਕੀ ਹਨ ਇਸ ਬਾਰੇ ਲਿਖੋ ਭਾਰਤ ਵਿੱਚ ਉਦਾਰੀਕਰਨ ਦੀ ਨੀਤੀ ਕਿਉਂ ਅਪਣਾਈ ਗਈ ਇਸ ਨੀਤੀ ਦੇ ਹੱਕ ਵਿੱਚ ਅਤੇ ਵਿਰੋਧ ਵਿੱਚ ਦਲੀਲਾਂ ਦਿਓ ਭਾਰਤ ਵਿੱਚ ਉਦਾਰੀਕਰਨ ਅਤੇ ਨਿੱਜੀਕਰਨ ਦੇ ਗੁਣ ਅਤੇ ਨੁਕਸਾਨ ਲਿਖੋ ਉਦਾਰੀਕਰਨ ਦੀ ਨੀਤੀ ਕੀ ਹੈ ਕੀ ਇਹ ਭਾਰਤ ਵਿੱਚ ਸਫਲ ਹੈ ਹੱਕ ਅਤੇ ਵਿਰੋਧ ਵਿੱਚ ਦਲੀਲਾਂ ਦਿਓ ਉਦਾਰੀਕਰਨ ਅਤੇ ਨਿੱਜੀਕਰਨ ਦੀ ਨੀਤੀ ਨੇ ਭਾਰਤ ਦੀ ਰਾਜਨੀਤੀ ਨੂੰ ਕਿਵੇਂ ਪ੍ਰਭਾਵਿਤ ਕੀਤਾ ਇਸ ਬਾਰੇ ਦੱਸੋ ਨਹਿਮ ਤੋਂ ਤੁਹਾਡਾ ਨਾਨ ਅਲਾਈਨਮੈਂਟ ਮੂਵਮੈਂਟ ਤੋਂ ਤੁਹਾਡਾ ਕੀ ਭਾਵ ਹੈ ਆਧੁਨਿਕ ਸੰਸਾਰ ਦ੍ਰਿਸ਼ ਵਿੱਚ ਇਸ ਦੀਆਂ ਵਿਲੱਖਣ ਵਿਸ਼ੇਸ਼ਤਾਵਾਂ ਅਤੇ ਪ੍ਰਸੰਗਿਕਤਾ ਦੀ ਚਰਚਾ ਕਰੋ ਇੱਕ ਗੈਰ ਗਠਬੰਧਨ ਅੰਦੋਲਨ ਕੀ ਹੈ ਭਾਰਤੀ ਗੁੱਟ ਨਰਲੇਬ ਅੰਦੋਲਨ ਵਿੱਚ ਕਿਉਂ ਸ਼ਾਮਿਲ ਹੋਇਆ ਗੈਰ ਗਠਬੰਧਨ ਅੰਦੋਲਨ ਵੀ ਇਹੀ ਹੈ ਗੈਰ ਅਲਾਈਨਮੈਂਟ ਤੋਂ ਤੁਹਾਡਾ ਕੀ ਭਾਵ ਹੈ ਗੈਰ ਸੰਗਠਨ ਦੇ ਸੁਭਾਅ ਅਤੇ ਵਿਸ਼ੇਸ਼ਤਾਵਾਂ ਨੂੰ ਲਿਖੋ ਇਸ ਨੂੰ ਗੁੱਟ ਨਿਰਲੇਪ ਨੀਤੀ ਵੀ ਕਿਹਾ ਜਾਂਦਾ ਹੈ ਉਸ ਦੇ ਬਾਰੇ ਇਹ ਕੁਐਸਚਨ ਹੈ ਇਸ ਨੂੰ ਵਰਡਿੰਗ ਚੇਂਜ ਕੀਤੀ ਗਈ ਹੈ ਇਸ ਤਰ੍ਹਾਂ ਪੇਪਰ ਦੇ ਵਿੱਚ ਵੀ ਸਟੂਡੈਂਟਸ ਤੁਹਾਡੇ ਵਰਡਿੰਗਾਂ ਜਿਹੜੀ ਉੱਥੇ ਚੇਂਜ ਹੋ ਸਕਦੀ ਹੈ ਇਸ ਨੂੰ ਸਮਝਣਾ ਪਏਗਾ ਸੋ ਇਸ ਦੇ ਨਾਲ ਤੁਸੀਂ ਇੰਗਲਿਸ਼ ਮੀਡੀਅਮ ਦਾ ਪੇਪਰ ਜ਼ਰੂਰ ਦੇਖ ਲੈਣਾ ਉੱਥੋਂ ਤੁਹਾਨੂੰ ਇਹ ਕਲੀਅਰ ਹੋ ਜਾਏਗਾ ਔਰ ਜਦੋਂ ਵੀ ਕੁਐਸਚਨ ਯਾਦ ਕਰਨਾ ਨਾਲ ਇੰਗਲਿਸ਼ ਦੇ ਵਿੱਚ ਉਸ ਦਾ मीनिंग ਜ਼ਰੂਰ ਸਮਝਣਾ ਹੈ ਕਿਉਂਕਿ ਪੰਜਾਬੀ ਦੇ ਵਿੱਚ ਕਨਵਰਟ ਕਰਨ ਲੱਗੇ ਕਈ ਤਰ੍ਹਾਂ ਦੇ ਵਰਡ ਸਾਹਮਣੇ ਆ ਜਾਂਦੇ ਆ ਤਾਂ ਇਸੇ ਤਰ੍ਹਾਂ ਤੁਹਾਡੇ ਪੇਪਰ ਦੇ ਵਿੱਚ ਵੀ ਪੰਜਾਬੀ ਦੇ ਵਿੱਚ ਅਲੱਗ ਵਰਡ ਹੋ ਸਕਦਾ ਜਿਹੜਾ ਕਿ ਤੁਸੀਂ ਨਾ ਪੜਿਆ ਹੋਵੇ। ਨੈਕਸਟ ਹੈ ਗੈਰ ਅਲਾਈਨਮੈਂਟ ਤੋਂ ਤੁਹਾਡਾ ਕੀ ਭਾਵ ਹੈ? ਗੈਰ ਸੰਗਠਨ ਦੇ ਸੁਭਾਅ ਤੇ ਵਿਸ਼ੇਸ਼ਤਾਵਾਂ ਨੂੰ ਲਿਖੋ। ਨੈਕਸਟ ਭਾਰਤ ਨੇ ਗੁੱਟ ਨਰਲੇਪ ਨੀਤੀ ਕਿਉਂ ਅਪਣਾਈ? ਇਹ ਨੀਤੀ ਭਾਰਤ ਲਈ ਕਿਵੇਂ ਫਾਇਦੇਮੰਦ ਰਹੀ ਹੈ? ਭਾਰਤ ਲਈ ਨਰਲੇਪਤਾ ਦੇ ਕੀ ਫਾਇਦੇ ਅਤੇ ਨੁਕਸਾਨ ਹਨ ਇਸ ਬਾਰੇ ਦੱਸੋ। ਕੀ ਅਜ ਗੈਰ ਅਲਾਈਨ ਅੰਦੋਲਨ ਟੁਕਵਾ ਹੈ? ਕਾਰਨ ਦਿਓ। ਨਿਰਲੇਪ ਅੰਦੋਲਨ ਵਿੱਚ ਭਾਰਤ ਦੀ ਭੂਮਿਕਾ ਬਾਰੇ ਇੱਕ ਲੇਖ ਲਿਖੋ। ਖੇਤਰਵਾਦ ਤੋਂ ਤੁਹਾਡਾ ਕੀ ਪਾਵ ਹੈ? ਭਾਰਤ ਵਿੱਚ ਖੇਤਰਵਾਦ ਲਈ ਕਿਹੜੇ ਕਾਰਕ ਜ਼ਿੰਮੇਵਾਰ ਹਨ? ਯੂਨਿਟ 4 ਦੇ ਕੁਐਸਚਨ ਭਾਰਤੀ ਵਿਦੇਸ਼ੀ ਨੀਤੀ ਦੇ ਨਿਰਧਾਰਕ ਕੀ ਹਨ? ਵਿਦੇਸ਼ੀ ਨੀਤੀ ਨੂੰ ਪਰਿਭਾਸ਼ਿਤ ਕਰੋ। ਭਾਰਤੀ ਵਿਦੇਸ਼ੀ ਨੀਤੀ ਨੂੰ ਨਿਰਧਾਰਿਤ ਕਰਨ ਵਾਲੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਕਾਰਕਾਂ ਤੇ ਚਰਚਾ ਕਰੋ। ਐਂਡ ਨੈਕਸਟ ਹੈ ਵਿਦੇਸ਼ੀ ਨੀਤੀ ਤੋਂ ਤੁਹਾਡਾ ਕੀ ਪਾਵ ਹੈ? ਭਾਰਤ ਦੀ ਵਿਦੇਸ਼ੀ ਨੀਤੀ ਦੇ ਨਿਰਨਾਇਕਾਂ ਨੂੰ ਲਿਖੋ। ਭਾਰਤ ਦੀ ਵਿਦੇਸ਼ੀ ਨੀਤੀ ਦੇ ਮੂਲ ਸਿਧਾਂਤਾਂ ਦੀ ਵਿਆਖਿਆ ਕਰੋ। ਭਾਰਤ ਲਈ ਗੁੱਟਬੰਦੀ ਦੀ ਨੀਤੀ ਦੇ ਗੁਣ ਅਤੇ ਨੁਕਸਾਨ ਕੀ ਹਨ ਗੁੱਟਨਰਲੇਪ ਅੰਦੋਲਨ ਵਿੱਚ ਭਾਰਤ ਦੀ ਭੂਮਿਕਾ ਇੱਕ ਲੇਖ ਲਿਖੋ ਕਿ ਅਜ ਗੈਰ ਆਲਾਈਨ ਅੰਦੋਲਨ ਟੁਕਮਾ ਹੈ ਕਾਰਨ ਦਿਓ ਭਾਰਤ ਦੀ ਵਿਦੇਸ਼ੀ ਨੀਤੀ ਦੇ ਨਿਰਧਾਰਕਾਂ ਦੀ ਚਰਚਾ ਕਰੋ ਭਾਰਤ ਦੀ ਵਿਦੇਸ਼ੀ ਨੀਤੀ ਦੇ ਕਿਸੇ ਵੀ 6 ਮੂਲ ਸਿਧਾਂਤਾਂ ਤੇ ਵੀ ਚਰਚਾ ਕਰੋ ਐਂਡ ਨੈਕਸਟ ਹੈ ਨੈਮ ਦੀ ਪ੍ਰਕਿਰਤੀ ਅਤੇ ਇਸ ਦੇ ਗਠਨ ਤੋਂ ਲੈ ਕੇ ਇਸ ਦੀ ਭੂਮਿਕਾ ਬਾਰੇ ਚਰਚਾ ਕਰੋ ਅਜੋਕੇ ਸੰਸਾਰ ਵਿੱਚ ਅਲਾਈਨਡ ਮੂਵਮੈਂਟ ਨਾਨ ਅਲਾਈਨ ਮੂਵਮੈਂਟ ਦੀ ਸਾਰਥਕਤਾ ਨੂੰ ਲਿਖੋ ਹਾਂਜੀ ਸਟੂਡੈਂਟਸ ਏ ਸੀ ਮੋਸਟ ਇੰਪੋਰਟੈਂਟ ਕੁਐਸ਼ਨਸ ਇਹਨਾਂ ਕੁਐਸ਼ਨਸ ਦੀ ਤਿਆਰੀ ਬਹੁਤ ਅੱਛੀ ਤਰ੍ਹਾਂ ਕਰ ਲੈਣਾ ਇਹਨਾਂ ਦੇ ਵਿੱਚੋਂ ਹੀ ਤੁਹਾਡਾ ਪੇਪਰ ਆਉਣਾ ਹੈ ਕੁਐਸ਼ਨ ਮੋਲਡ ਕਰਕੇ ਉੱਥੇ ਪਾਏ ਜਾ ਸਕਦੇ ਇਸ ਲਈ ਤੁਹਾਨੂੰ ਸਮਝਣਾ ਪਏਗਾ ਗੋਡ ਬlesਸ ਯੂ ਆ ਤੁਹਾਡੇ ਪਹਿਲਾ ਕਿੰਨੇ ਨੰਬਰ ਆਏ ਹਨ ਕਿਸ ਤਰ੍ਹਾਂ ਤੁਸੀਂ ਤਿਆਰੀ ਕੀਤੀ ਇਸ ਬਾਰੇ ਜ਼ਰੂਰ ਦੱਸਣਾ ਥੈਂਕ ਯੂ ਸੋ ਮੱਚ ਮਿਲਦੇ ਹਾਂ ਅਸੀਂ ਆਪਣੇ ਅਗਲੇ ਵੀਡੀਓ ਵਿੱਚ